Like the video, subscribe to the channel and press the bell icon for latest video update. ਇਹ ਜਾਣ ਬੁੱਝ ਕੇ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਤੋਂ ਉਹ ਸਹਿਮਤ ਨਹੀਂ ਸੀ ਇਹ ਜਿਹੜੇ ਭਾਜਪਾ ਹਾਈਕਮਾਂਡ ਕਿਉਂਕਿ ਲਗਾਤਾਰ ਅਕਾਲੀ ਦਲ ਬਾਦਲ ਨੂੰ ਬਾਰ ਬਾਰ ਉਹਨੂੰ ਇੱਕ ਨੀਵਾਂ ਵਿਖਾ ਰਹੀ ਸੀਗੀ ਭਾਵੇਂ ਸੀਏ ਘੱਟ ਗਿਣਤੀਆਂ ਦਾ ਜਿਹੜਾ ਅਕਾਲੀ ਦਲ ਦਾ ਪ੍ਰਮੁੱਖ ਏਜੰਡਾ ਹੀ ਹੈ ਕਿ ਘੱਟ ਗਿਣਤੀਆਂ ਦੇ ਫਿਰ ਪੰਜਾਬੀ ਮਾਂ ਬੋਲੀ ਦਾ ਫਿਰ ਜਿਹੜੀਆਂ ਨੇ ਹਰਿਆਣਾ ਚੋਣਾਂ ਦਿੱਲੀ ਚੋਣਾਂ ਇਹਨਾਂ ਦੋਵਾਂ ਤਿੰਨਾਂ ਥਾਵਾਂ ਤੇ ਲਗਾਤਾਰ ਇਹਨਾਂ ਨੀਵਾਂ ਵਿਖਾਉਂਦਾ ਰਿਹਾ ਹੁਣ ਖੇਤੀ ਬਿੱਲਾਂ ਦੇ ਲਿਆਣ ਕੇ ਪੂਰੀ ਤਰ੍ਹਾਂ ਇਹਨਾਂ ਦਾ ਇੱਕ ਮਤਲਬ ਬਹੁਤ ਨੀਵੇਂ ਪੱਧਰ ਤੱਕ ਇਹਨਾਂ ਦਾ ਪੱਧਰ ਡੇਗ ਦਿੱਤਾ ਗਿਆ ਇੱਥੋਂ ਲੱਗਦਾ ਕਿ ਜਿਹੜੀ ਭਾਜਪਾ ਆ ਉਹ ਪੰਜਾਬ ਦੇ ਵਿੱਚ ਆਪਣੇ ਕੋਈ ਨਵੇਂ ਭਾਈਵਾਲ ਤਰਾਸ਼ਣਾ ਚਾਹੁੰਦੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੀ ਪੋਲੀਟੀਕਲ ਫੀਚਰ ਹੋਏਗਾ ਨਵਜੋਤ ਸਿੰਘ ਸਿੱਧੂ ਕਿਹੜੀ ਸਾਈਡ ਜਾ ਸਕਦੇ ਹੈਗੇ ਕੀ ਫੀਚਰ ਹੈਗਾ ਬੀਜੇਪੀ ਕੀ ਸਟ੍ਰੈਟਜੀ ਅਪਣਾਏਗੀ ਅਗਾਂਹ ਵਾਸਤੇ ਢੀਂਡਸਾ ਸਾਹਿਬ ਕਿੱਥੇ ਖੜੇ ਹੈਗੇ ਆਪ ਕਿੱਥੇ ਹੈਗੇ ਇਹ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਆਨਲਾਈਨ ਅਜਨਾਲਾ ਤੋਂ ਜੁੜੇ ਹੈਗੇ ਆ ਸੀਨੀਅਰ ਪੱਤਰਕਾਰ ਐਸ ਪੁਰਸ਼ੋਤਮ ਜੀ ਜੋ ਅਜੀਤ ਅਖਬਾਰ ਤੇ ਹੋਰ ਚੈਨਲਾਂ ਤੇ ਆਪਣਾ ਕੰਟਰੀਬਿਊਟ ਕਰਦੇ ਰਹਿੰਦੇ ਹੈਗੇ ਆਰਟੀਕਲ ਵਗੈਰਾ ਪੁਰਸ਼ੋਤਮ ਜੀ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈਗਾ ਧੰਨਵਾਦ ਜੀ ਇਹ ਜਿਵੇਂ ਸਾਨੂੰ ਪਤਾ ਹੈਗਾ ਖੇਤੀ ਬਿੱਲਾਂ ਤੇ ਅਖੀਰ ਵਿੱਚ ਇਹ ਤੋੜ ਵਿਛੋੜਾ ਹੋ ਗਿਆ ਹੈਗਾ ਕੀ ਕਹਿਣਾ ਚਾਹੁੰਦੇ ਹੋ ਇਹ ਅਕਾਲੀ ਦਲ ਨੂੰ ਪਹਿਲਾਂ ਸਟੈਪ ਲੈਣਾ ਚਾਹੀਦਾ ਸੀ ਇਹਨਾਂ ਨੂੰ ਕੀ ਨਫਾ ਜਾਂ ਨੁਕਸਾਨ ਹੋਣੇ ਦੀ ਸੰਭਾਵਨਾ ਹੈਗੀ ਆ ਦੇਖੋ ਜੀ ਪਹਿਲਾਂ ਤਾਂ ਪੰਜਾਬ ਗ੍ਰੈਂਡ ਟੀਵੀ ਚੈਨਲ ਦੇਖਣ ਵਾਲਿਆਂ ਨੂੰ ਮੈਂ ਆਪਣੇ ਦਿਲੋਂ ਦਿਲ ਦੀਆਂ ਡੂੰਘੀਆਂ ਗਹਿਰਾਈਆਂ ਚੋਂ ਹਾਰਦਿਕ ਸਵਾਗਤ ਕਹਿੰਦਾ ਤੇ ਸਤਿ ਸ੍ਰੀ ਅਕਾਲ ਬੁਲਾਉਣਾ ਜੀ ਥੈਂਕ ਯੂ ਜੀ ਥੈਂਕ ਯੂ ਇੱਥੋਂ ਤੱਕ ਹੈਗਾ ਇਹ ਜਿਹੜਾ ਗੱਠਜੋੜ ਟੁੱਟਣ ਦੀ ਗੱਲ ਹੈ ਹਾਂਜੀ ਇਹ 1996 ਦਾ ਇੱਕ ਬੜਾ ਮਜ਼ਬੂਤ ਗੱਠਜੋੜ ਚੱਲ ਰਿਹਾ ਸੀਗਾ ਕਦੀ ਇਹਨੂੰ ਅਕਾਲੀ ਦਲ ਬਾਦਲ ਦੇ ਜਿਹੜੇ ਸੁਪਰੀਮੋ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜ ਵਾਰ ਮੁੱਖ ਮੰਤਰੀ ਪੰਜਾਬ ਰਹਿ ਚੁੱਕੇ ਆ ਇਹ ਹਿੰਦੁਸਤਾਨ ਦੀ ਪੰਜਾਬ ਹੀ ਨਹੀਂ ਹਿੰਦੁਸਤਾਨ ਦੀ ਸਿਆਸਤ ਚ ਉਹ ਇੱਕ ਚੰਗਾ ਜਿਹੜਾ ਕੱਦ ਦਾ ਇੱਕ ਸਿਆਸੀ ਕੱਦ ਦਾ ਬੜਾ ਵੱਡਾ ਸਾਂ ਰੱਖਦੇ ਆ ਤੇ ਉਹਨਾਂ ਵੱਲੋਂ ਤੇ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਆ ਭਾਵੇਂ ਅਟਲ ਬਿਹਾਰੀ ਵਾਜਪੇਈ ਰਹੇ ਹੋਣ ਭਾਵੇਂ ਐਲ ਕੇ ਅਡਵਾਨੀ ਰਹੇ ਹੋਣ ਮੁਰਲੀ ਮਨੋਹਰ ਜੋਸ਼ੀ ਰਹੇ ਹੋਣ ਜਾਂ ਵੱਖ ਵੱਖ ਸਮੇਂ ਤੇ ਜਿਹੜੀਆਂ ਇਹ ਕੇਂਦਰ ਤੇ ਪੰਜਾਬ ਚ ਸਾਂਝੀਆਂ ਸਰਕਾਰਾਂ ਰਹੀਆਂ ਅਕਾਲੀ ਦਲ ਭਾਜਪਾ ਦੀਆਂ ਤਾਂ ਇਹ ਇੰਨੇ ਰਿਸ਼ਤਾ ਪ੍ਰਚਾਰਿਆ ਜਾਂਦਾ ਸੀਗਾ ਜਿਵੇਂ ਮੀਆਂ ਬੀਬੀ ਦਾ ਰਿਸ਼ਤਾ ਇਹ ਸ਼ਬਦ ਕਹੇ ਜਾਂਦੇ ਸੀਗੇ ਕਿ ਜਿਵੇਂ ਉਹਦਾ ਤਲਾਕ ਨਹੀਂ ਹੋ ਸਕਦਾ ਮੀਆਂ ਬੀਬੀ ਦਾ ਉਂਝ ਇਹ ਵੀ ਕਦੇ ਅਕਾਲੀ ਭਾਜਪਾ ਵੱਖ ਨਹੀਂ ਹੋ ਸਕਦੇ ਕਦੇ ਇਹਨੂੰ ਇਹ ਤਸ਼ਬੀਹ ਦਿੱਤੀ ਜਾਂਦੀ ਸੀਗੀ ਕਿ ਇਹ ਨੌਂ ਮਾਸ ਦਾ ਰਿਸ਼ਤਾ ਆ ਰਿਸ਼ਤਾ ਦਾ ਜਿਹੜਾ ਇੰਨੇ ਚਿਰ ਦਾ ਚੱਲਿਆ ਆ ਰਿਹਾ ਰਿਸ਼ਤਾ ਟੁੱਟ ਜਾਣਾ ਇਹ ਹੈ ਤੇ ਬੜਾ ਹੈਰਾਨੀਜਨਕ ਕਿ 24 ਸਾਲ ਬਾਅਦ ਇਹ ਕਿਉਂ ਟੁੱਟਾ ਇਹਦੇ ਕਾਰਨ ਹੋਰ ਵੀ ਬੜੇ ਨੇ ਪਰ ਜਿਹੜਾ ਹੁਣ ਖੇਤੀ ਜਿਹੜੇ ਬਿੱਲਾਂ ਨੂੰ ਲੈ ਕੇ ਚੱਲੀ ਆ ਗੱਲ ਜਿਹਦੇ ਕਰਕੇ ਜਿਹਨੂੰ ਇਹ ਮੀਆਂ ਬੀਬੀ ਰਿਸ਼ਤਾ ਕਹਿੰਦੇ ਸੀਗੇ ਕਦੇ ਨੌਂ ਮਾਸ ਦਾ ਰਿਸ਼ਤਾ ਕਹਿੰਦੇ ਸੀਗੇ ਕਿਸਾਨੀ ਸੰਘਰਸ਼ ਮੋਦੀ ਸਰਕਾਰ ਦੇ ਵਿਰੁੱਧ ਇੰਨਾ ਪੰਜਾਬ ਦੇ ਵਿੱਚੋਂ ਸਿਖਰ ਤੇ ਜਾ ਪੁੱਜਾ ਕਿ ਇੱਕ ਸਮੇਂ ਤੇ ਉਹਨਾਂ ਨੇ ਅਕਾਲੀ ਦਲ ਸਮੇਤ ਇਹ ਪੰਜਾਬ ਦੇ ਜਿਹੜੇ 12,000-13,000 ਦੇ ਕਰੀਬ ਪਿੰਡ ਆ ਉਹਨਾਂ ਵਿੱਚੋਂ 7,000 ਦੇ ਕਰੀਬ ਪਿੰਡਾਂ ਚ ਇੱਕ ਅਜਿਹਾ ਪ੍ਰੋਟੈਸਟ ਕੀਤੇ ਕਿ ਅਕਾਲੀ ਦਲ ਦਾ ਦਾਖਲਾ ਬੰਦ ਕਰਾ ਦਿੱਤਾ ਬਾਦਲ ਪਿੰਡ ਦੇ ਵਿੱਚ ਇਹਨਾਂ ਦੇ ਘਰ ਦੇ ਸਾਹਮਣੇ ਇੱਕ ਨਾਕਾਬੰਦੀ ਕਰਤੀ ਘਰਾਓ ਕਰਤਾ ਜਿਹਦੇ ਕਰਕੇ ਅਕਾਲੀ ਦਲ ਬਾਦਲ ਨੂੰ ਪੰਜਾਬ ਛੱਡ ਕੇ ਹਰਿਆਣਾ ਦੇ ਵਿੱਚ ਜਿਹੜੇ ਆਪਣੇ ਆ ਇਹਨਾਂ ਦੇ ਵਧੀਆ ਆਲੀਸ਼ਾਨ ਜਿਹੜੇ ਹੋਟਲ ਆ ਉਹਨਾਂ ਵਿੱਚ ਠਹਿਰ ਲਈ ਮਜਬੂਰ ਹੋਣਾ ਪਿਆ ਤੇ ਕੁਝ ਜਿਹੜੇ ਇਹਨਾਂ ਦੇ ਲੀਡਰ ਆ ਉਹ ਜਿਹੜੇ ਆ ਬੜੇ ਵੱਡੇ ਕੱਦ ਦੇ ਆ ਇੱਕ ਦੋ ਨੂੰ ਛੱਡ ਕੇ ਉਹ ਸਾਰੇ ਸ਼ਾਂਤ ਹੋ ਗਏ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰ ਕੌਰ ਆ ਇਹ ਬਾਰ ਬਾਰ 2.5 ਮਹੀਨੇ ਲਗਾਤਾਰ ਇਹ ਇੱਕੋ ਗੁਣ ਗਾਇਨ ਕਰਦੇ ਰਹੇ ਕਿ ਖੇਤੀ ਬਿੱਲ ਬੜੇ ਵਧੀਆ ਨੇ ਇਹ ਕਿਸਾਨਾਂ ਦੇ ਹਿੱਤ ਚ ਇਹਨਾਂ ਦੇ ਕਿਸਾਨਾਂ ਦੀ ਆਮਦਨ ਦੂਣੀ ਹੋਏਗੀ
किसानों ने अजिहा भारत साहब दबाव दाया कि जिहड़ा नौ रिश्ता अकाली दल बादल नूं अपनी कोर कमेटी च रातों रात एक जो परास नहीं ला परास उहदे नाल खिंच के नूंह लिया वह मास नाल वाक करना पिया मुस्लिम समाज तीन तलाक हूं भावे अपराध मनिया जाता ए उंजी रातों रात तीन बारी तलाक तलाक कह के ये जरा के गठजोड़ टुट गया टुट गया टुट गया वह इस तरह इन्होंने अपना गठजोड़ तोड़िया किसानों के दबाव हेठ पर इनू दे रहे दुरुस्त यह भी कह जा सकता भावे इन्होंने बहुत कुछ हो कहते होंगे ना एक शब्द आ सब कुछ लुटा के होश में आए मेरा कहन था कि इन्हों समय सिर एक कदम चुकने की जरूरत सी सारिया पार्टिया बाकी सिंपली सुमती तक किसाना ना किसी की होनी हैगी हूं जेडिया टाइम डेढ़ साल रह गया है 2022 दिया इलेक्शन अकाली दल दे पॉलिटिकल फीचर की आ ए किदे नाल गठजोड़ कर सकदा मेरे ख्याल बीएसपी मेरे हिसाब नाल बची हैगी इहदे बारे की विचार है तुहाडा देखो एक तां तुहाडी गल ठीक है भावे सवा साल जां डेढ़ साल रहिंदा चोणां च हां जी ऐउं हालात बन गए खेती बिलां करके कुछ होर मुद्दिआं नूं लै के जिवें चोणां भलके ही होण भलके मीन जाउण वाले दो तीन महीनिआं विच ही होण पर इंज का जरा एक मैदान भग गया इन जी हवा मिली आ जी सियासत का मुद्दा बन ली ए खेती बिल ने बहुत इन हवा दिखती आ जिदे करके हर पार्टी सोचती आ क्योंकि पंजाब की किसानी खेत मजदूर छोटे व्यापारी दुकानदार उन्हों दियां वोटां लैण लई क्योंकि सारे खेती के निर्भर ने मुलाजम भी जड़े आई इस वे इस मुद्दे के पूरे खड़े आ यह सोचते हैं हर पोलिटिकल पार्टियां जिवें अकाली दल बादल की गल की इन्हों का जरा एक अपना नवे दोस्त लभ सकते हैं जिवें पिछले समय इन्होंने बहुजन समाज पार्टी ने बड़ी वधिया सांझ रही आ कभी 1978 की जो गल करिए उदों इन्होंने खब्बे पक्षी फ्रंट नाल भी सीगे उदों इन्होंने सीपीएम नाल सांझ पा के उन्होंने भी सीटा पंजाब चो जितियां सांझी सरकार भी बनी बसपा नाल इन्हां दे बड़े अच्छे रिलेशन आ इन्हां दे मैंबर पार्लीमेंट बसपा दे चुने जांदे रहे आ इह कोई नवे पोस्ट लभणगे अपने पर जितों तक गल आ इह समां लगूगा क्योंकि पहलों इन्हां नूं अपना इह जिवें कि इह हुण अज सुखबीर साहिब बादल कह रहे सीगे कि असीं दिल्ली दा तख्त हिला देवांगे ठीक है ना चाहीदा किसानां दे मुद्दे धोणी चाहीदी आ पर इह इह लेट आ ये समा जरा यह काफी नगा चुके आ जो ये गल कैप्टन अमरिंदर सिंह कहते सीगे कि जड़ी आ मोदी सरकार आ वो पंजाब नाल वितकरा कर रही आ पंजाब पंजाबी पंजाबी दे मुद्दे से जीएसटी टैक्स से होर मुद्दों से अज बीबा हरसिमरत कौर जो वजारत बाहर आ गया उन्होंने एक बड़ा तिखा बयान आ कि केंद्र की सरकार आ मोदी सरकार आ वो पंजाब नाल वितकरा कर रही है धक्का कर रही है ये रातों रात इन्हों की आराम हो गया ये एक समय सिर इन्होंने समय सिर एक कदम चुकया होंदा एक पूरी याद इतने घटना का मैं जिक्र जरूर करांगा 1985 दे विच प्रधानमंत्री जीव गांधी नाल अकाली दल का संत लौंगोवाल जी का उन्हां दा एक अकाउंट होया समझौता होया जिन्हों पंजाब समझौता कहा जाता सी समझौते कि 26 जनवरी 1986 जरा चंडीगढ़ वो पंजाब दिता जाएगा समझौता चोणा भी लड़िया गई जो 26 जनवरी 1986 आई तो सेंट्रल गौरमेंट उदों भी उन्होंने एक होर मुद्दे रखते कि जेडे पंजाब तो जेडे हिंदी बोलते पंजाबी जेडे जेडे इलाके हरियाणा दिते जाण उदों भी सरदार सुरजीत सिंह बरनाला मुख्यमंत्री पंजाब सन वह बड़ा वड्डा सियासी टप्पा खा गए उन्होंने ना तो इस्तीफा दिता ना ही उन्होंने चंडीगढ़ मिलिया भावें 6 महीनों बाद
सेंटर ने उन्हां दी सरकार तोड़ती बरनाला सरकार जेकर ए ढाई तीन महीने जिहड़ा राग अलाप दे रहे आ गुणगान करदे रहे आ जेकर बीबा हरसिमरत कौर पहली मीटिंग जो उन्हां नूं पता लग गया सीगा अज ये कह रहे आ कि डिसाइडिंग नोट दित्ता सीगा हालांकि उहदा प्रगटावा नहीं अज तक ये कर सकदे आ पर ये जेकर उहदा डिसाइडिंग नोट देण दे बाद बाहर आ के प्रचार करदे ज्यादा बल मिल सकता सीगा मेरा कहिंदा कि चलो फिर भी इन्होंने जिहड़ा क्योंकि खेतरी पार्टी अकाली दल बादल जिहड़ी खेतरी पार्टियां ने उन्हां दा इतिहास ही वखरा हुंदा खेतर ही वखरे होंगे उन्होंने सूबे के लोगों के हित सामने होंगे। अच्छा हम चलो दूजी बड़ी इंपोर्टेंट खबर है नवजोत सिंह सिद्धू साहब एक हरीश रावत जी जेडे थानू पता उत्तराखंड के सीएम रह चुके पंजाब के ओह हैड बनाए गए है सुपरवाइजर ऑफिसर भी आ रहे है दो दिन लगता है कांग्रेस से कुछ इन्हों अच्छी पोजिशन देगी। दूसरा उन्होंने वाइफ तो इंडीकेशन मिलती थी बीजेपी ना कंफर्टेबल है हूं तो यह अकाली दल भी बीजेपी चो बहर हो गया है। नवजोत सिंह सिद्धू का पोलिटिकल पैंतरा की होगा थानू लगता किधर उन्होंने ज्यादा कंफर्टेबल लगेगा? देखो जी सरदार नवजोत सिंह सिद्धू अजे तक कांग्रेस तो पूरी तरह उदास ने निराश ने क्योंकि उन्होंने बंदा मान सत्कार पंजाब कांग्रेस नहीं मिल गया अजे तक नहीं। उन्होंने पिछले दिनों च इन्हें खेती बिलों लैके ये पंजाब की आत्मा क्या किसान जड़े आ ये खेती है पंजाब की आत्मा आना जमीन ने झंझोड़िया सड़कां ते आए पर जो सड़कां ते उन्हां कालियां पग्गां ते काले झंडे ते भाएं फड़े होणगे तख्तियां फड़ियां होणगियां पर कांग्रेस दे झंडे पूरी तरह गैप सीगे। हां जी ओह किसे भी पार्टी नाल उदों तक भावें कांग्रेस दे आ अज वी विधायक बतौर विधायक कांग्रेस दे आ हरीश रावत जी उहनां दे नाल इस समय पूरे संपर्क च आ क्योंकि गांधी राहुल गांधी ते श्रीमती सोनिया गांधी जी कांग्रेस का इकमान है उन्होंने बकायदा शेयर के हरीश रावत एक बड़े मंजे हुए एक सुगढ़ सियासतदान ने केंद्र के वजीर भी रहे उत्तराखंड के मंत्री भी रहे भावें समा मैं लगता जो जहा सत अठ महीने शायद पंजाब के इंचार्ज रह सकन क्योंकि इन्हों दिन स्टेट दोणा उत्तराखंड दोणा भी जड़िया वो भी पंजाब के बाद ही हो जा रही ने हो सकता उतों के मुख्यमंत्री के चेहरे फिर बनाए जान इधर के जिम्मेवारी लगी आ सत अठ महीनिया की जड़ी आ भावे प्रताप सिंह बाजवा आ भावे शमशेर सिंह दूलो आ भावे होर आ भावे नवजोत सिंह सिद्धू आ इन्हों एक फ्रंट से इकट्ठा करके कांग्रेस की मजबूती की जाए महाराजा अमरिंदर सिंह कैप्टन अमरिंदर सिंह उन्होंने भी इन्हें सांझ प्यारी पाई जा सके। जितों तक नवजोत सिंह सिद्धू का अपनी जात का सवाल आई जितों तक उन्होंने गल आ हरीश रावत उन्होंने संपर्क च ने उन्होंने अलावा जी भाजपा आ मेरी अज ही कहे पंजाब के जोड़ा भाजपा का कोई चंगा आगू आ चौधर आना गल हो रही थी उन्होंने भी ऑफ द रिकॉर्ड प्रगटावा कि नवजोत सिंह सिद्धू उन्होंने भी जोड़े उन्होंने कोई सीनियर लीडर हो गए उन्होंने संपर्क च ने जेडे हम तरन चुग जेडे के केंद्र दे माफ करना जी भाजपा की जी केंद्रीय लीडरशिप आना जनरल सकत्र बनाए गए ने उन्होंने चंगे रिलेशन रहे नवजोत सिंह सरदार सरदार इकबाल सिंह लालपुरा साहब जो डीएजी हो आई पी एस अफसर ने उन्होंने प्रमुख स्पोक्सपर्सन बुलारा लाया गया नवजोत सिंह सिद्धू नाल जो बतौर इतने अमृतसर सर्विस करते ए आई जी सके एस एस पी रहे ने सरदार इकबाल सिंह लालपुरा का उन्होंने भी बड़े अच्छे रिलेशन रहे ने मेरा दसा
ਹੈ ਕਿ ਇਸ ਸੰਪਰਕ ਚ ਨੇ ਜੇਕਰ ਸਿੱਧੂ ਸਾਹਿਬ ਦੀ ਇੱਛਾ ਹੋਈ ਜਿਵੇਂ ਪਿਛਲੇ ਸਮੇਂ ਚ ਉਹਨਾਂ ਦੀ ਮੈਡਮ ਦਾ ਪ੍ਰਗਟਾਵਾ ਰਿਹਾ ਇਹਨਾਂ ਦੀਆਂ ਹੋਰ ਗੱਲਾਂ ਬਾਤਾਂ ਦਾ ਰਿਹਾ ਭਾਵੇਂ ਮਾਤਾ ਵੈਸ਼ਨੋ ਦੇਵੀ ਜਾ ਕੇ ਉੱਥੇ ਅਗਨ ਕਰਦੇ ਰਹੇ ਆ ਮੰਤਰ ਕਰਦੇ ਰਹੇ ਆ ਮੰਦਰ ਨਤਮਸਤਕ ਹੁੰਦੇ ਰਹੇ ਆ ਇਹ ਇਸ਼ਾਰਾ ਮਿਲਦਾ ਹੈ ਕਿ ਭਾਜਪਾ ਦੀ ਲੀਡਰਸ਼ਿਪ ਦੇ ਸੰਪਰਕ ਚ ਭਾਰਤ ਸਾਹਿਬ ਜੇਕਰ ਇਹਨਾਂ ਦਾ ਉੱਧਰ ਜੇ ਭਾਜਪਾ ਹਾਈਕਮਾਂਡ ਨੇ ਚਾਹਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾ ਕੇ ਮੁੱਖ ਮੰਤਰੀ ਚਿਹਰਾ ਪੇਸ਼ ਕਰਨਾ ਚਾਹਿਆ ਕਿਸਾਨਾਂ ਦਾ ਜਿਹੜਾ ਉਹ ਆ ਉਹਨੂੰ ਠੰਡਾ ਕਰਨ ਲਈ ਜੋ ਮੇਰਾ ਅਧਿਐਨ ਕਹਿੰਦਾ ਜੋ ਮੇਰਾ ਆਪਣੀ ਵਿਚਾਰ ਚਰਚਾ ਜੋ ਮੇਰੇ ਆਪਣੇ ਅੰਦਰਲੀ ਮਾਨਿਆ ਜਾਂ ਅਸੀਂ ਜੋ ਰੱਖਦੇ ਹਾਂ ਉਹਦੇ ਅਨੁਸਾਰ ਉਹ ਸਿੱਧੂ ਨਾਲ ਕੋਈ ਚੰਗੀ ਬਾਤਚੀਤ ਕਰਕੇ ਇਹਨਾਂ ਇਹ ਜਿਹੜੇ ਬਿੱਲਾਂ ਤੇ ਅੱਜ ਤੱਕ ਜਿਹੜੇ ਖੇਤੀ ਸੁਧਾਰ ਬਿੱਲ ਆ ਜਿਹੜੇ ਪਾਸ ਕੀਤੇ ਗਏ ਤਿੰਨ ਇਹਨਾਂ ਦੇ ਅਜੇ ਰਾਸ਼ਟਰਪਤੀ ਸਾਹਿਬ ਨੇ ਮੋਹਰ ਨਹੀਂ ਲਾਈ ਕਾਨੂੰਨ ਬਣਾਉਣ ਦੀ ਫਿਰ ਰਾਜ ਸਭਾ ਚ ਵਾਪਸ ਭੇਜ ਕੇ ਜਿਹੜੀ ਇੱਕ ਕਿਸਾਨਾਂ ਦੀ ਇੱਕ ਮੰਗ ਉੱਭਰ ਕੇ ਸਾਹਮਣੇ ਆ ਰਹੀ ਆ ਕਿ ਉਹਦੇ ਵਿੱਚ ਇੱਕ ਲਾਈਨ ਦਰਜ ਕਰ ਦਿੱਤੀ ਜਾਵੇ ਕਿ MSP ਕਾਨੂੰਨੀ ਤੌਰ ਤੇ ਜਾਰੀ ਰਹੇਗੀ ਇਹ ਕਿਸਾਨ ਸੰਗਠਨਾਂ ਨਾਲ ਪਹਿਲਾਂ ਮੀਟਿੰਗ ਕਰਕੇ ਨਵਜੋਤ ਸਿੰਘ ਸਿੱਧੂ ਨਾਲ ਕੋਈ ਰਾਬਤਾ ਕਾਇਮ ਕਰਕੇ ਜੇਕਰ ਅਜਿਹਾ ਕੋਈ ਮਾਹੌਲ ਸਿਰ ਦਿੱਤਾ ਜਾਂਦਾ ਤਾਂ ਨਵਜੋਤ ਸਿੰਘ ਸਿੱਧੂ ਭਾਜਪਾ ਵਿੱਚ ਜਾਣ ਤੋਂ ਪਿਛਾਂ ਨਹੀਂ ਹਟਣਗੇ ਸਗੋਂ ਪਹਿਲ ਕਦਮੀ ਵੀ ਕਰ ਸਕਣਗੇ ਇੱਕ ਹੋਰ ਗੱਲ ਦੱਸੋ ਇਹ ਜਿੰਨਾ ਕੁ ਜੇ ਬੀਜੇਪੀ ਸਿੱਖ ਪੋਲੀਟਿਕਸ ਸਿੱਖ ਕਾਰਡ ਖੇਡ ਰਹੀ ਹੈਗੀ ਆ ਜਿਵੇਂ ਪਹਿਲਾਂ ਤਾਂ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਵਿੱਚੋਂ ਇਗਨੋਰ ਕੀਤਾ ਫਿਰ ਹਰਿਆਣੇ ਚੋਂ ਕੀਤਾ ਫਿਰ ਇਹ ਜਿਹੜਾ ਹੈਗਾ ਜੰਮੂ ਕਸ਼ਮੀਰ ਵਿੱਚੋਂ ਪੰਜਾਬੀ ਨੂੰ ਹਟਾਇਆ ਫਿਰ ਰਾਜਸਥਾਨ ਚ ਉਡਾਇਆ ਇਹਦਾ ਮਤਲਬ ਇਹ ਸੀ ਵੀ ਇਹੋ ਫਿਰ ਇਹੋ ਇਹਨਾਂ ਨੇ ਪਾਰਟਨਰ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਹੀਂ ਮੰਨੀ ਇਹਦਾ ਮਤਲਬ ਬੀਜੇਪੀ ਜਾਣ ਬੁੱਝ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਠਿੱਬੀ ਮਾਰਨਾ ਚਾਹੁੰਦੀ ਸੀ ਤਾਂ ਕਿ ਜੇ ਹੁਣ ਉਹਨਾਂ ਨੇ ਕੁਛ ਕਰੈਕਟਿਵ ਸਟੈਪਸ ਲੈਣੇ ਵੀ ਹੋਏ ਨਵੇਂ ਲੀਡਰ ਰਾਹੀਂ ਲੈਣ ਤਾਂ ਕਿ ਉਹਨੂੰ ਉਹ ਕ੍ਰੈਡਿਟ ਮਿਲ ਸਕੇ ਇਹ ਗੱਲ ਨਾਲ ਸਹਿਮਤ ਹੋ ਤੁਸੀਂ ਇਹਦੇ ਨਾਲ ਤੁਹਾਡੀ ਜਿਹੜੀ ਇਹ ਹੈਗੀ ਹੈ ਵਿਚਾਰ ਨੇ ਇਹਨਾਂ ਨਾਲ ਮੈਂ ਕਾਫੀ ਹੱਦ ਤੱਕ ਸਹਿਮਤ ਹਾਂ ਇੱਥੋਂ ਤੱਕ ਕਿ ਜਿਹੜੀ ਪੰਜਾਬੀ ਦੀ ਜਿਹੜੀ ਜੰਮੂ ਕਸ਼ਮੀਰ ਦੀ ਗੱਲ ਕੀਤੀ ਗਈ ਆ ਜਿੱਥੇ ਸਰਕਾਰੀ ਭਾਸ਼ਾ ਨਹੀਂ ਬਣਾਈ ਗਈ ਜਿਹੜਾ ਕਿ ਹੁਣ ਬਿੱਲ ਪਾਸ ਕਰ ਦਿੱਤਾ ਗਿਆ ਲਾਗੂ ਕਰ ਦਿੱਤੀ ਗਈ ਆ ਉੱਥੇ ਨਹੀਂ ਪੰਜਾਬੀ ਸਰਕਾਰੀ ਰੁਤਬਾ ਨਹੀਂ ਪੰਜਾਬੀ ਮਾਂ ਬੋਲੀ ਨੂੰ ਉੱਥੇ ਪ੍ਰਾਪਤ ਹੋਇਆ ਜੇਕਰ ਸੋ ਜਿਹੜੇ ਖੇਤੀ ਸੁਧਾਰ ਬਿੱਲਾਂ ਦੀ ਗੱਲ ਹੋਈ ਇਹ ਉਹਦੇ ਉੱਤੇ ਵੀ ਇੱਕ ਲਾਈਨ ਦਰਜ ਕੀਤੀ ਜਾਵੇਗੀ ਕਿ ਕਿਸੇ ਪੰਜ ਭਾਸ਼ਾਵਾਂ ਹੋਰ ਨੇ ਉੱਥੇ ਪੰਜਾਬੀ ਜਿਹੜੀ ਬੋਲੀ ਆ ਤਾਂ ਕਿ ਜੇ ਆਉਣ ਵਾਲੀਆਂ ਚੋਣਾਂ ਲੜਨੀਆਂ ਨੇ ਪੰਜਾਬ ਜਿਹੜਾ ਉਹ ਪੰਜਾਬੀ ਬੋਲੀ ਮਾਂ ਨਾਲ ਵਿਤਕਰਾ ਸਹਿਣ ਨਹੀਂ ਕਰ ਸਕਦਾ ਭਾਵੇਂ ਕਿ ਅਕਾਲੀ ਦਲ ਬਾਦਲ ਪਿਛਲੇ ਸਮੇਂ ਚ ਇਹਦੇ ਤੇ ਕਹਿੰਦਾ ਰਿਹਾ ਉਹ ਸਾਡੀ ਕੋਈ ਗੱਲ ਨਹੀਂ ਸਾਡੀ ਤਾਂ ਕੇਂਦਰ ਸਰਕਾਰ ਨਾਲ ਗੱਲ ਮੁੱਕੀ ਪਈ ਆ ਉਹਨਾਂ ਨੇ ਕਿਹਾ ਸਰਕਾਰ ਕੇਂਦਰ ਕਹਿ ਰਹੀ ਹੈ ਮੋਦੀ ਸਾਹਿਬ ਕਹਿ ਰਹੇ ਅਮਿਤ ਸ਼ਾਹ ਕਹਿ ਰਹੇ ਨੇ ਹੋਰ ਵਜ਼ੀਰ ਕਹਿ ਰਹੇ ਨੇ ਇਹ ਨਾ ਬਾਬੂਸ਼ਾਹੀ ਜਿਹੜੀ ਆ ਜਿਹੜੀ ਅਫਸਰਸ਼ਾਹੀ ਆ ਉਹਦੇ ਕੋਲ ਟੈਕਨੀਕਲ ਗੱਲ ਰਹਿ ਗਈ ਆ ਇੱਕ ਸ਼ਬਦ ਪਾਉਣ ਲਈ ਰਹਿ ਗਿਆ ਪਰ ਜੇਕਰ ਸ਼ਬਦ ਪਾਉਣ ਲਈ ਰਹਿ ਗਿਆ ਹੁੰਦਾ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਜਾਣ ਬੁੱਝ ਕੇ ਜਿਹੜੀਆਂ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਤੋਂ ਉਹ ਸਹਿਮਤ ਨਹੀਂ ਸੀਗੇ ਇਹ ਜਿਹੜੇ ਭਾਜਪਾ ਹਾਈਕਮਾਂਡ ਕਿਉਂਕਿ ਲਗਾਤਾਰ ਅਕਾਲੀ ਦਲ ਬਾਦਲ ਨੂੰ ਬਾਰ ਬਾਰ ਉਹਨੂੰ ਇੱਕ ਨੀਵਾਂ ਵਿਖਾ ਰਹੀ ਸੀਗੀ ਭਾਵੇਂ CAA ਘੱਟ ਗਿਣਤੀਆਂ ਦਾ ਜਿਹੜਾ ਅਕਾਲੀ ਦਲ ਦਾ ਪ੍ਰਮੁੱਖ ਏਜੰਡਾ ਹੀ ਹੈ ਕਿ ਘੱਟ ਗਿਣਤੀਆਂ ਦੇ ਫਿਰ ਪੰਜਾਬੀ ਮਾਂ ਬੋਲੀ ਦਾ ਫਿਰ ਜਿਹੜੀਆਂ ਨੇ ਹਰਿਆਣਾ ਚੋਣਾਂ ਦਿੱਲੀ ਚੋਣਾਂ ਇਹਨਾਂ ਦੋਵਾਂ ਤਿੰਨਾਂ ਥਾਵਾਂ ਤੇ ਲਗਾਤਾਰ ਇਹਨਾਂ ਨੀਵਾਂ ਵਿਖਾਉਂਦਾ ਰਿਹਾ ਹੁਣ ਖੇਤੀ ਬਿੱਲਾਂ ਦੇ ਲਿਆਣ ਕੇ ਪੂਰੀ ਤਰ੍ਹਾਂ ਇਹਨਾਂ ਦਾ ਇੱਕ ਮਤਲਬ ਬਹੁਤ ਨੀਵੇਂ ਪੱਧਰ ਤੱਕ ਇਹਨਾਂ ਦਾ ਪੱਧਰ ਡੇਗ ਦਿੱਤਾ ਗਿਆ ਇੱਥੋਂ ਲੱਗਦਾ ਕਿ ਜਿਹੜੀ ਭਾਜਪਾ ਆ ਉਹ ਪੰਜਾਬ ਦੇ ਵਿੱਚ ਆਪਣੇ ਕੋਈ ਨਵੇਂ ਭਾਈਵਾਲ ਤਰਾਸ਼ਣਾ ਚਾਹੁੰਦੀ ਆ ਕਿਉਂਕਿ ਜਿਹੜੀ ਭੈਣ ਮਾਇਆਵਤੀ ਆ ਜਿਹੜੀ ਬਸਪਾ ਦੇ ਸੁਪਰੀਮੋ ਨੇ ਯੂਪੀ ਦੇ ਵਿੱਚ ਨੇ ਉਹਨਾਂ ਦਾ ਵੀ ਪਿਛਲੇ ਸਮੇਂ ਤੋਂ ਕੋਈ ਝੁਕਾਅ ਜਿਹੜਾ
ਭਾਜਪਾ ਲੀਡਰਸ਼ਿਪ ਵੱਲ ਬੀਐਸਪੀ ਪੰਜਾਬ ਵਿੱਚ ਭਾਜਪਾ ਨਾਲ ਜਾ ਸਕਦੀ ਆ। ਦੇਖੋ ਦਿੱਲੀ ਜੇ ਭਾਜਪਾ ਦੀ ਸਰਕਾਰ ਇਧਰੋਂ ਜ਼ਿਆਦਾ ਬੈਨੀਫਿਟ ਮਿਲੇਗਾ, ਪੋਲੀਟੀਕਲ ਲੀਡਰ ਦਾ ਬੈਨੀਫਿਟ ਲੱਭਦੇ ਆ। ਹਾਂ ਹਾਂ ਉਹਨਾਂ ਦੇ ਕੁਝ ਆਪਣੇ ਹੋਰ ਵੀ ਕੋਈ ਟੈਕਨੀਕਲ ਵੀ ਕੋਈ ਸਮੱਸਿਆਵਾਂ ਹੋ ਸਕਦੀਆਂ ਨੇ। ਇੱਥੋਂ ਤੱਕ ਕਿ ਉਹ ਜਿਹੜੇ ਹੁਣ ਯੋਗੀ ਆਦਿੱਤਿਆਨਾਥ ਦੇ ਪਿਛਲੇ ਦਿਨਾਂ ਚ ਦੋ ਤਿੰਨ ਮਹੀਨਿਆਂ ਤੋਂ ਕੋਈ ਫੈਸਲੇ ਆਏ ਆ ਜਿਹੜੇ ਕ੍ਰਾਈਮ ਨੂੰ ਰੋਕਣ ਬਾਰੇ, ਉਹਦੀ ਉਹਨਾਂ ਨੇ ਪ੍ਰਸ਼ੰਸਾ ਵੀ ਕੀਤੀ ਆ। ਉੱਥੋਂ ਲੱਗਦਾ ਕਿ ਉੱਧਰ ਵੀ ਉਹਨਾਂ ਦਾ ਭਾਜਪਾ ਦਾ ਫਿਰ ਪੰਜਾਬ ਦੇ ਵਿੱਚ ਨਵਜੋਤ ਸਿੱਧੂ ਤੋਂ ਇਲਾਵਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਨਾਲ ਵੀ ਤਾਲਮੇਲ ਵਧਾ ਸਕਦੇ ਆ, ਕਿਉਂਕਿ ਖੇਤੀ ਬਿੱਲਾਂ ਦੇ ਕਿਸਾਨਾਂ ਨਾਲ ਕੋਈ ਨਾ ਕੋਈ ਸਾਂਝ ਭੈਲੀ ਪਾ ਕੇ ਉਹ ਅਕਾਲੀ ਦਲ ਬਾਦਲ ਨੂੰ ਕ੍ਰੈਡਿਟ ਦੇਣ ਦੀ ਬਜਾਏ ਉਹ ਸਿੱਧਾ ਕਿਸਾਨਾਂ ਨਾਲ, ਕਿਸਾਨ ਜਥੇਬੰਦੀਆਂ ਨਾਲ ਕੋਈ ਗੱਲਬਾਤ ਤਾਲਮੇਲ ਬਿਠਾ ਕੇ ਉਹ ਸੋਧ ਕਰਕੇ ਪੰਜਾਬ ਦੇ ਮਾਹੌਲ ਨੂੰ ਸਾਜਗਰ ਬਣਾ ਕੇ ਭਾਜਪਾ ਦੇ ਹੱਕ ਵਿੱਚ ਕੇਂਦਰੀ ਮੋਦੀ ਸਰਕਾਰ ਭੁਗਤਾ ਸਕਦੀ ਆ। ਇਹ ਮਤਲਬ ਇੱਕ ਪਾਸੇ ਬੀਜੇਪੀ ਹੋਏਗੀ ਤੇ ਉਹਦੇ ਨਾਲ ਜਿਹੜੇ ਵੀ ਗਰੁੱਪ ਜੁੜਨਗੇ ਉਹਨਾਂ ਦਾ ਮੁਕਾਬਲਾ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਹੋਏਗਾ ਜਾਂ ਕਾਂਗਰਸ ਨਾਲ, ਇਹ ਕਿਹੜਾ ਤੁਹਾਨੂੰ ਲੱਗਦਾ ਹੈਗਾ ਸਖ਼ਤ ਮੁਕਾਬਲਾ ਹੋਏਗਾ? ਮੇਨ ਦੋ ਪਾਰਟੀਆਂ ਕਿਹੜੀਆਂ ਹੋਣਗੀਆਂ ਪੰਜਾਬ ਵਿੱਚ? ਦੇਖੋ ਜੀ, ਮਦਨ ਮੋਹਨ ਮਿੱਤਲ ਇਹਨਾਂ ਦੇ ਬਹੁਤ ਸੀਨੀਅਰ ਲੀਡਰਸ਼ਿਪ ਲੀਡਰ ਨੇ, ਪਿਛਲੇ ਕਾਫੀ ਸਮੇਂ ਤੋਂ ਇਹੋ ਜਿਹੇ ਬਿਆਨ ਦੇ ਕੇ ਵੀ ਵਾਦ ਵਿਵਾਦ ਰਹੇ ਨੇ ਕਿ ਲਵੀ ਆਪਣਾ ਵੱਡੇ ਭਰਾ ਵਾਲਾ ਰੁਤਬਾ ਇਹ ਦੱਸ ਕੇ, ਡਾਕਟਰ ਮੋਹਨ ਲਾਲ ਜੀ ਵੀ ਜ਼ਿਕਰ ਕਰਦੇ ਆ ਜਿਹੜੇ ਕਿ ਸਾਬਕਾ ਮੰਤਰੀ ਪੰਜਾਬ ਨੇ ਪਠਾਨਕੋਟ ਦੇ ਨੇ, ਹੋਰ ਵੀ ਜਿਹੜੇ ਮਨੋਰੰਜਨ ਕਾਲੀਆ ਜੀ ਆ ਤੁਹਾਡੇ ਜਲੰਧਰ ਚੋਂ ਨੇ ਉਹਨਾਂ ਦੇ ਵੀ ਵਿਚਾਰ ਪ੍ਰਗਟਾਵਾ ਹੁੰਦਾ ਰਿਹਾ। ਮਤਲਬ ਇਹ ਸਾਰੇ ਜਿਹੜੇ ਹੇਠੋਂ ਜਿਹੜੀ ਫੀਡਬੈਕ ਸੀਗੀ ਲੰਮੇ ਸਮੇਂ ਤੋਂ ਭਾਜਪਾ ਵਰਕਰਾਂ ਦੀ, ਅੱਜ ਵੀ ਮੇਰੀ ਗੱਲ ਹੋ ਰਹੀ ਸੀਗੀ, ਉਹ ਕਹਿੰਦੇ ਸੀਗੇ ਯਾਰ ਅਸੀਂ ਤੇ ਗੁਲਾਮੀ ਵਾਲਾ ਜੀਵਨ ਮਹਿਸੂਸ ਕਰ ਰਹੇ ਸੀਗੇ ਕਿਉਂਕਿ ਸਾਡੇ ਅਕਾਲੀ ਦਲ ਜਿਹੜਾ ਇੰਨਾ ਹੈਵੀ ਸੀਗਾ ਕਿ ਫਲਾਣੇ ਪਿੰਡ ਕੋਈ ਜਥੇਬੰਦੀ ਨਹੀਂ ਬਣਾਉਣੀ, ਇੱਥੇ ਵੀ ਪ੍ਰਚਾਰ ਨਹੀਂ ਕਰਨਾ, ਪਿੰਡ ਜਾਓ ਮੁਹਿੰਮ ਨਹੀਂ ਸ਼ੁਰੂ ਕਰਨੀ। ਫਿਰ ਜੋ ਸਰਕਾਰ ਆਉਂਦੀ ਸੀਗੀ ਸਾਨੂੰ ਜਲੀਲ ਕੀਤਾ ਜਾਂਦਾ ਸੀਗਾ, ਅਸੀਂ ਲਗਾਤਾਰ ਹਾਈਕਮਾਂਡ ਤੇ ਦਬਾਅ ਪਾ ਰਹੇ ਸੀਗੇ ਕਿ ਅਕਾਲੀ ਦਲ ਬਾਦਲ ਨਾਲੋਂ ਨਾਤਾ ਤੋੜਿਆ ਜਾਵੇ। ਇਹ ਵੀ ਇੱਕ ਉਸੇ ਨੀਤੀ ਦਾ ਹਿੱਸਾ ਹੋ ਸਕਦਾ ਜਿਹੜਾ ਤੁਹਾਡਾ ਪਹਿਲਾ ਸਵਾਲ ਸੀਗਾ ਕਿ ਜਿਹੜਾ ਕਿ ਕੇਂਦਰੀ ਮੋਦੀ ਸਰਕਾਰ ਆ ਜਾਂ ਜਿਹੜੀ ਭਾਜਪਾ ਹਾਈਕਮਾਂਡ ਆ ਜਿਹੜਾ ਅਕਾਲੀ ਦਲ ਬਾਦਲ ਨੂੰ ਪਿਛਲੇ ਸਮੇਂ ਤੋਂ ਲਗਾਤਾਰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਸੀਗੇ, ਗਤੀਵਿਧੀਆਂ ਹੋਈਆਂ ਵੀ ਆ ਸਾਹਮਣੇ ਵੀ ਇਹ, ਭਾਵੇਂ ਭਾਸ਼ਾ ਦਾ, ਭਾਵੇਂ ਖੇਤੀ ਦਾ, ਭਾਵੇਂ ਘੱਟ ਗਿਣਤੀਆਂ ਦਾ, ਭਾਵੇਂ ਦਿੱਲੀ ਦੇ ਹਰਿਆਣੇ ਚੋਣਾਂ ਦਾ, ਉਹਨਾਂ ਸਾਰੇ ਵਿੱਚ ਜਿਹੜਾ ਨੀਵਾਂ ਵਿਖਾਇਆ ਜਾਂਦਾ ਰਿਹਾ ਉਹ ਇਸੇ ਕਰਕੇ ਸੀਗਾ ਕਿ ਇਹ ਸਾਡੇ ਨਾਲ ਆਪ ਹੀ ਸਾਥ ਛੱਡ ਦੇਣ। ਮੈਨੂੰ ਦੱਸੋ ਇਹਦੇ ਵਿੱਚ ਜਿਵੇਂ ਸਿੱਧਵਾਂ ਸਾਹਿਬ ਸੀ ਇਹਦੇ ਪੋਲੀਟੀਕਲ ਐਡਵਾਈਜ਼ਰ ਸੁਖਬੀਰ ਬਾਦਲ ਦੇ, ਉਹਨਾਂ ਨੇ ਰਿਜ਼ਾਈਨ ਦੇ ਦਿੱਤਾ ਹੈਗਾ, ਪੋਲੀਟਿਕਸ ਦਾ ਹੈ, ਮੌਕੇ ਦੀ ਨਜ਼ਾਕਤ ਨੂੰ ਦੇਖਦੇ। ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਚੋਂ ਇਹ ਵੀ ਖਬਰਾਂ ਹੈਗੀਆਂ, ਈਵਨ ਕਾਂਗਰਸ ਚੋਂ ਵੀ ਬਹੁਤ ਸਾਰੇ ਲੀਡਰ ਨਵੇਂ ਫਰੰਟ ਵਿੱਚ ਇੱਧਰ ਉੱਧਰ ਜਿਹੜਾ ਬੀਜੇਪੀ ਸਪੋਂਸਰ ਕਰੇ ਉੱਧਰ ਜਾ ਸਕਦੇ, ਇੱਦਾਂ ਦੀ ਸੰਭਾਵਨਾ ਵੱਧ ਸਕਦੀ ਹੈ ਤੁਹਾਡੇ ਹਿਸਾਬ ਨਾਲ? ਇਹ ਬਿਲਕੁਲ ਜੀ ਇਹ ਹੈਗੀ ਆ, ਜਿਹੜਾ ਤੁਹਾਡਾ ਪਹਿਲਾ ਸਵਾਲ ਆ ਕਿ ਪੰਜਾਬ ਚ ਕਿਹੜੇ ਕੋਈ ਮੁਕਾਬਲੇ ਹੋ ਸਕਦੇ ਆ, ਉਹਦੇ ਵਿੱਚ ਕਾਂਗਰਸ ਦਾ ਮੈਨੂੰ ਲੱਗਦਾ ਅੱਜ ਦੀ ਤਰੀਕ ਤੇ ਕਾਂਗਰਸ ਨੂੰ ਇਹ ਪਲੱਸ ਪੁਆਇੰਟ ਮਿਲਿਆ ਮੁਨਾਫੇ ਜਿਹਾ, ਕਿਉਂਕਿ ਉਹਨਾਂ ਨੇ ਜਿਹੜਾ ਆਪਣਾ ਉਸੋ ਸ਼ੁਰੂ ਕੀਤਾ ਵਿਧਾਨ ਸਭਾ ਦੇ ਵਿੱਚ ਜਿਹਦੇ ਵਿੱਚ ਅਕਾਲੀ ਦਲ ਬਾਦਲ ਇੱਕ ਕਿਸਮ ਦਾ ਬਾਈਕਾਟ ਕਰ ਗਿਆ ਆਨੇ ਬਹਾਨੇ, ਹਾਂਜੀ, ਤਾਂ ਕਿ ਮਤੇ ਵਿੱਚ ਸਾਈਨ ਨਾ ਕਰਨੇ ਪੈਣ, ਉਹਦੇ ਵਿੱਚ ਵਿਧਾਨ ਸਭਾ ਚ ਮਤਾ ਪਾਸ ਹੋ ਗਿਆ। ਆਲ ਪਾਰਟੀ ਜਿਹੜੀ ਮੀਟਿੰਗ ਹੋਈ ਆ ਉਹ ਵੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਕਦਮੀ ਕੀਤੀ ਆ, ਹੋਰ ਵੀ ਮੁੱਦਿਆਂ ਤੇ ਲਗਾਤਾਰ ਉਹ ਕਰ ਰਹੇ ਨੇ। ਪਿਛਲੇ ਸਮੇਂ ਚ ਉਹਨਾਂ ਨੇ ਪਾਣੀ ਦੇ ਮੁੱਦੇ ਤੇ ਵੀ ਪੰਜਾਬ ਦੇ ਪਾਣੀ ਰਾਖੇ ਵਜੋਂ ਵੀ ਸਥਾਪਿਤ ਹੋਏ ਆ। ਇਹ ਜਿਹੜਾ ਇਹਨਾਂ ਦਾ ਮੁਕਾਬਲਾ ਜਿਹੜਾ ਅੱਜ ਦੀ ਤਰੀਕ ਚ ਜਿਵੇਂ ਕਿ ਇਹ ਅਕਾਲੀ ਦਲ ਬਾਦਲ ਆਪਣੀ ਹੋਂਦ ਬਚਾਉਣ ਦੀ ਕੋਈ ਚਿੱਤ ਦੀ ਗੱਲ ਨਹੀਂ ਹੈਗੀ, ਆਹ ਵੀ ਉਹਨਾਂ ਨੇ ਕਿਹਾ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿ ਜਦੋਂ ਇਹ ਵੱਖ ਹੋ ਰਹੇ ਆ ਕਿ ਚੋਣਾਂ ਚਾਣਾਂ ਦੇ ਬਾਅਦ ਦੀ ਗੱਲ ਹੈ, ਪਹਿਲਾਂ ਕਿਸਾਨੀ ਦੀ ਗੱਲ ਹੈ, ਜਿਹੜਾ ਅਸੀਂ ਲਗਾਤਾਰ ਇਹਨਾਂ ਬਹਿਸਾਂ ਤੇ ਇਹ ਟੀਵੀ ਸ਼ੋਅ ਚ ਲਗਾਤਾਰ ਗੱਲ ਕਰਦੇ ਰਹੇ ਹਾਂ ਕਿ ਚੋਣਾਂ ਦੀ ਗੱਲ ਤੋਂ ਬਾਅਦ ਛੱਡਣ, ਅਸੀਂ ਤਾਂ ਉਹਨਾਂ ਦੀ ਹੋਂਦ ਹੀ ਖਤਮ ਹੋ ਗਈ ਆ, ਉਹ ਹਾਸ਼ੀ ਤੇ ਚਲ ਗਏ ਨੇ। ਇਸ ਕਰਕੇ ਆਪ ਮੰਨ ਰਹੇ ਆ ਉਹ ਹੁਣ ਉਹਨਾਂ ਦੀ ਇਹ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਈ ਮੁਕਾਬਲੇ ਵਿੱਚ ਗਿਣੇ ਜਾਈਏ, ਕਿਉਂਕਿ ਅੱਜ ਦੀ ਜਿਹੜੀਆਂ ਪਰਿਸਥਿਤੀਆਂ ਨੇ ਫਿਲਹਾਲ ਤਾਂ ਜਿਹੜਾ ਹੈਗਾ ਹੁਣ ਇਹ ਜਿਵੇਂ ਦੋਵੇਂ ਇਹ ਵੱਖ ਹੋ ਗਿਆ
ਨੌ ਮਾਰ ਦੇ ਰਿਸ਼ਤੇ ਵਾਲੇ ਮੀਆਂ ਬੀਬੀ ਰਿਸ਼ਤੇ ਵਾਲੇ ਇਹ ਦੋਵੇਂ ਜਿਹੜੇ ਤਾਰਿਆਂ ਫਿਲਹਾਲ ਕਮਜ਼ੋਰ ਨੇ ਤੇ ਮੁਕਾਬਲਾ ਜਿਹੜਾ ਅੱਜ ਦੀ ਤਰੀਕ ਜੇ ਗਿਣਿਆ ਜਾਊਗਾ ਜੇਕਰ ਅੱਜ ਚੋਣਾਂ ਹੁੰਦੀਆਂ ਨੇ ਆਉਣ ਵਾਲੇ ਦੋ ਮਹੀਨੇ ਚ ਹੁੰਦੀਆਂ ਨੇ ਫਿਰ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਰਮਿਆਨ ਹੋਏਗਾ ਇਹ ਅਜੇ ਬਾਅਦ ਦੀਆਂ ਤੀਜੇ ਚੌਥੇ ਨੰਬਰ ਤੇ ਆਉਣ ਵਾਲੀਆਂ ਪਾਰਟੀਆਂ ਨੇ ਨਵੇਂ ਗਠਜੋੜ ਹੋਣ ਕਰਕੇ ਫਿਰ ਕੁਝ ਹੋ ਸਕਦਾ ਕਿ ਲੋਕਾਂ ਦਾ ਮਨ ਚੇਂਜ ਹੋ ਜਾਏ ਆ ਜਾਵੇ ਤੇ ਜਿਵੇਂ ਖੇਤੀ ਬਿੱਲਾਂ ਬਾਰੇ ਆਪਾਂ ਗੱਲ ਕੀਤੀ ਆ ਸਵਾਲ ਪੁਰਸ਼ੋਤਮ ਜੀ ਮੋਦੀ ਸਾਹਿਬ ਨੇ ਅੱਜ ਪ੍ਰਧਾਨ ਮੰਤਰੀ ਜੀ ਨੇ ਮਨ ਕੀ ਬਾਤ ਵਿੱਚ ਮੈਂ ਤਾਂ ਅੱਜ ਸੁਣ ਨਹੀਂ ਸਕਿਆ ਉਹ ਮਨ ਕੀ ਬਾਤ ਕੁਛ ਖੇਤੀ ਬਿੱਲਾਂ ਬਾਰੇ ਇਸ਼ਾਰਾ ਕੀਤਾ ਕਿ ਉਹਨਾਂ ਦਾ ਇਰਾਦਾ ਲੱਗਦਾ ਹੈਗਾ ਤੁਸੀਂ ਸੁਣਿਆ ਕਿ ਨਹੀਂ ਕੀ ਕਹਿਣਾ ਚਾਹੁੰਦੇ ਮੈਂ ਉਹ ਥੋੜਾ ਦੇਖਣ ਦਾ ਮੌਕਾ ਮਿਲਿਆ ਥੋੜਾ ਜਿਹਾ ਪਰ ਫਿਰ ਵੀ ਮੈਂ ਕਾਫੀ ਹੱਦ ਤੱਕ ਹਿੱਸਾ ਜਿਹੜਾ ਉਹਨਾਂ ਦਾ ਮੈਂ ਸੁਣ ਸਕਿਆ ਉਹਨਾਂ ਨੇ ਆਪਣਾ ਅੱਜ 69ਵਾਂ ਜਿਹੜਾ ਇੱਕ ਮਨ ਕੀ ਬਾਤ ਲੜੀ ਹੈ ਨਾ ਉਹਦਾ ਪੱਖ ਪੇਸ਼ ਕੀਤਾ ਉਹ ਇੱਕ ਪੇਸ਼ਕਾਰੀ ਕੀਤੀ ਆ ਉਹਨੇ ਪੇਸ਼ਕਾਰੀ ਖੁਸ਼ ਹੁੰਦੀ ਆ ਲੋਕਾਂ ਦੇ ਮਨ ਨੂੰ ਮੋਹਦੀ ਆ ਬੜਾ ਵਧੀਆ ਸੀਗਾ ਉਹਨਾਂ ਨੇ ਇੱਕ ਸ਼ਬਦ ਕਿਹਾ ਸੀਗਾ ਬੜਾ ਪਿਆਰਾ ਸ਼ਬਦ ਕਿਹਾ ਸੀਗਾ ਕਿ ਕਿਸਾਨਾਂ ਦੀ ਮਜ਼ਬੂਤੀ ਦੇ ਨਾਲ ਹੀ ਭਾਰਤ ਦੀ ਆਤਮ ਨਿਰਭਰਤਾ ਮਜ਼ਬੂਤ ਹੋਵੇਗੀ ਅੱਛਾ ਹੈਗਾ ਕਹਿਣ ਨੂੰ ਸ਼ਬਦ ਬੜੇ ਵਧੀਆ ਲੱਗਦੇ ਆ ਪਰ ਆ ਜੋ ਕੁਛ ਹਿੰਦੁਸਤਾਨ ਦੇ ਵਿੱਚ ਇੱਕ ਲਹਿਰ ਉੱਠ ਰਹੀ ਆ ਪੰਜਾਬ ਤੋਂ ਜਿਹੜੀ ਚੰਗਿਆਰੀ ਬਲੀ ਆ ਇਹ ਦੱਸੋ ਜੇਕਰ ਕਿਸਾਨਾਂ ਦੀ ਮਜ਼ਬੂਤੀ ਵਾਲੇ ਵਾਕਈ ਉਹਨਾਂ ਦੀ ਮਨ ਕੀ ਬਾਤ ਹੋਵੇ ਤਾਂ ਫਿਰ ਤਾਂ ਜਿਹੜੇ ਖੇਤੀ ਬਿੱਲ ਪਾਸ ਹੀ ਨਹੀਂ ਹੋਣੇ ਚਾਹੀਦੇ ਉਹਨਾਂ ਨੇ ਇੱਕ ਦੋ ਉਦਾਹਰਣ ਦਿੱਤੀਆਂ ਮਹਾਰਾਸ਼ਟਰ ਦਿੱਤੀਆਂ ਕੇਰਲਾ ਦੇ ਦਿੱਤੀਆਂ ਤਾਮਿਲਨਾਡੂ ਦੀਆਂ ਗੱਲਾਂ ਕੀਤੀਆਂ ਕਿਸਾਨਾਂ ਨਾਲ ਗੱਲਾਂ ਦੀਆਂ ਕੀਤੀਆਂ ਉਹਦੇ ਵਿੱਚ ਉਹਨਾਂ ਕਿਹਾ ਇਹ ਜਿਹੜੇ ਪਹਿਲੋਂ ਕਿਸਾਨ ਨੇ ਇਹ ਪਹਿਲੋਂ ਇੱਕ ਮੰਡੀ ਦੇ ਬੱਝੇ ਹੁੰਦੇ ਸੀਗੇ 2014 ਤੋਂ ਬਾਅਦ ਇਹ ਆਪਣੇ ਜਿਹੜੇ ਸਬਜ਼ੀਆਂ ਨੇ ਜਿਹੜੇ ਫਲ ਆ ਇਹ ਖੁੱਲੀ ਮੰਡੀ ਰਾਹੀਂ ਵੇਚਦੇ ਆ ਤੇ ਇਹਨਾਂ ਦਾ ਜੰਡ ਚੁੱਕਿਆ ਗਿਆ ਜੇਕਰ 2014 ਤੋਂ ਹੀ ਇਹ ਅਵਸਥਾ ਹੈਗੀ ਆ ਇਹ ਫਿਰ ਆ ਖੇਤੀ ਬਿੱਲਾਂ ਦਾ ਖੇਤੀ ਸੁਧਾਰਾਂ ਦੇ ਨਾਂ ਤੇ ਜਮ੍ਹਾਂਖੋਰੀ ਨੂੰ ਖੁੱਲ ਦੇਣ ਵਾਲਾ ਬਿੱਲ ਪਾਸ ਕਰਨ ਦੀ ਜ਼ਰੂਰਤ ਆ ਕੰਟਰੈਕਟ ਖੇਤੀ ਚ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਇੱਕ ਜ਼ਰੂਰਤ ਆ ਫਿਰ ਮੰਡੀ ਦਾ ASP ਜਿਹੜਾ ਮੰਡੀਕਰਨ ਖਤਮ ਕਰਨ ਵਾਲੀ ਜਿਹੜਾ ਵਧਣ ਦੀ ਇੱਕ ਜ਼ਰੂਰਤ ਆ ਫਿਰ ਤਾਂ ਇਹ ਰਹਿਣਾ ਚਾਹੀਦਾ ਇਸ ਕਰਕੇ ਇਹ ਪ੍ਰਧਾਨ ਮੰਤਰੀ ਜੇਕਰ ਉਹ ਆਪਣੀ ਮਨ ਦੀ ਬਾਤ ਹੁੰਦਾ ਇੱਕ ਹੋਰ ਉਹਨਾਂ ਕਿਹਾ ਕਿ ਜਿਹੜੀ ਇੱਕ ਬੜੀ ਅੱਛੀ ਗੱਲ ਹੈ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਕਿ ਜਿਹੜੀਆਂ ਕਹਾਣੀਆਂ ਨੇ ਜਿਹੜੇ ਬੱਚਿਆਂ ਨਾਲ ਉਹ ਸਾਂਝ ਪਾਉਣੀ ਚਾਹੀਦੀ ਹੈ ਸਾਰੇ ਪਰਿਵਾਰ ਨੂੰ ਇੱਕ ਦਿਨ ਮਹੀਨੇ ਚ ਨਿਸ਼ਚਿਤ ਕਰ ਲੈਣਾ ਚਾਹੀਦਾ ਹਫ਼ਤੇ ਦੇ ਵਿੱਚ ਇਹ ਸਾਰਾ ਪਰਿਵਾਰ ਉਹ ਚੁਟਕਲੇ ਸੁਣਾਵੇ ਕਹਾਣੀਆਂ ਸੁਣਾਵੇ ਉਹਨਾਂ ਦਾ ਆਪਸੀ ਜਿਹੜਾ ਸਾਂਝ ਵਧੇਗੀ ਪ੍ਰਧਾਨ ਮੰਤਰੀ ਸਾਹਿਬ ਜ਼ਰੂਰ ਇਹ ਬੜਾ ਅੱਛਾ ਹੈਗਾ ਮੈਂ ਕਹਿਣ ਨੂੰ ਵਿਚਾਰ ਬੜੇ ਅੱਛੇ ਲੱਗਦੇ ਆ ਇਹ ਸਾਹਿਤਕ ਬੰਦਿਆਂ ਲਈ ਬੜੇ ਅੱਛੇ ਹੋ ਸਕਦੇ ਆ ਬੁੱਧੀਜੀਵੀਆਂ ਲਈ ਬੜੇ ਅੱਛੇ ਹੋ ਸਕਦੇ ਆ ਪਰ ਅੱਜ ਬੁੱਧੀਜੀਵੀ ਵੀ ਚਿੰਤਾ ਚ ਨੇ ਸਾਹਿਤਕ ਬੰਦੇ ਵੀ ਚਿੰਤਾ ਚ ਨੇ ਸਾਰੇ ਕਿਸਾਨ ਅੱਜ ਦੀ ਡੇਟ ਚ ਪੰਜਾਬ ਦੇ ਹਰਿਆਣਾ ਦੇ ਮੋਦੀ ਸਾਹਿਬ ਦੇ ਖਿਲਾਫ ਆ ਇਹ ਮੋਦੀ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਹੈਗਾ ਤੁਸੀਂ ਪੁਰਸ਼ੋਤਮ ਜੀ ਬਹੁਤ ਵਧੀਆ ਪੜਚੋਲ ਕੀਤੀ ਹੈਗੀ ਹੈ ਲੈਟ ਅਸ ਸੀ ਪੋਲੀਟਿਕਸ ਪੰਜਾਬ ਦੀ ਕਿੱਧਰ ਜਾਂਦੀ ਕਿਸਾਨਾਂ ਦੇ ਮਸਲਿਆਂ ਤੇ ਕੇਂਦਰ ਕੀ ਹੱਲ ਕਰਦਾ ਹੈਗਾ ਤੇ ਮੈਨੂੰ ਲੱਗਦਾ ਹੈਗਾ ਅਗਲੇ ਕੁਝ ਦਿਨਾਂ ਚ ਜਿਹੜਾ ਕਿਸਾਨ ਸੰਘਰਸ਼ ਖੁਦ ਆਪਣੇ ਆਪ ਕਿਸਾਨ ਵਿਦਆਊਟ ਕਿਸੇ ਪੋਲੀਟੀਕਲ ਪਾਰਟੀ ਦੀ ਹੈਲਪ ਤੋਂ ਆਪ ਹੀ ਬੜੇ ਲਾਮਬੱਧ ਅੱਛੇ ਤਰੀਕੇ ਨਾਲ ਹੋ ਕੇ ਇਨਸਾਫ਼ ਲੈਣਗੇ ਮੇਰੇ ਖਿਆਲ ਇਹਨਾਂ ਨੂੰ ਗੌਰਮੈਂਟ ਨੂੰ ਇਹਨਾਂ ਨੂੰ ਇਨਸਾਫ਼ ਦੇਣਾ ਪਏਗਾ ਤਦ ਕਿਤੇ ਜਾ ਕੇ ਸੈਟਲਮੈਂਟ ਹੁੰਦੀ ਲੱਗਦੀ ਤੁਸੀਂ ਪੁਰਸ਼ੋਤਮ ਜੀ ਸਾਡੇ ਨਾਲ ਜੁੜੇ ਹੈਗੇ ਬਹੁਤ ਵਧੀਆ ਲੱਗਾ ਹੈਗਾ ਅਗਾਂਹ ਵੀ ਕਦੀ ਕਦੀ ਇਕੱਠੇ ਹੋਇਆ ਕਰਾਂਗੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ ਵੈਰੀ ਮਚ ਪੁਰਸ਼ੋਤਮ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ ਜੀ